ਮਲਕੀਤ ਕੌਰ ਰਹਿੰਦੇ ਹੋ? ਇਹ ਲੈਟ ਨਹੀਂ ਸਾਨੂੰ ਦੇ ਰਹੇ, ਵੱਡੇ ਟ੍ਰਾਂਸਫਾਰਮ ਦੀ ਗੱਲ ਹੋਈ ਸੀ, ਦੋ ਨੰਬਰ 'ਚ ਆਏਗਾ, ਇਹਨਾਂ ਨੇ ਤਿੰਨ ਨੰਬਰ 'ਚ ਲਿਆ ਦਿੱਤਾ। ਕਿੰਨੀ ਦੇਰ ਤੋਂ ਦਿੱਕਤ ਆ ਰਹੀ ਲੈਟ ਦੀ? ਇਹ ਤਾਂ 2 ਮਹੀਨੇ ਹੋ ਗਏ। ਤੇ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਫ੍ਰੀ ਬਿਜਲੀ ਦੇ ਰਹੇ, ਲੋਕ ਕੁਛ ਬੋਲ ਰਹੇ, ਤੁਸੀਂ ਇੱਕ ਵਾਰ ਧਰਨਾ ਲਾ ਕੇ ਬੈਠੇ ਹੋ। ਇਹ ਉਦਾਂ ਹੀ ਮੁਫਤ ਹੀ ਕਹਿ ਰਹੇ ਆ, ਆਪਣਾ ਲਾਹਾ ਤੱਕਦੇ ਆ, ਆਪਣਾ ਸਭ ਕੰਮ ਸਿੱਧਾ ਕਰਦੇ ਆ, ਫਰਿੱਜ ਸੜਦੇ ਆ, ਕੂਲਰ ਸੜਦੇ ਆ, ਗਰੀਬ ਬੰਦਾ ਜਾਵੇ ਕਿੱਥੇ? ਕਿੰਨੇ ਕੁ ਜਿਹੜਾ ਸੜ ਕੇ ਸਮਾਨ ਜਿਹੜਾ, ਕਿੰਨਾ ਕੁ ਨੁਕਸਾਨ ਹੋ ਗਿਆ ਇਲਾਕੇ? ਕਾਫੀ ਨੁਕਸਾਨ ਹੋਇਆ, ਕਾਫੀ ਨੁਕਸਾਨ ਹੋਇਆ, ਕਿਸੇ ਦੇ ਕੂਲਰ ਸੜ ਗਿਆ, ਕਿਸੇ ਦੇ ਮੋਟਰ ਸੜ ਗਿਆ, ਕਿਸੇ ਦੇ ਮੋਟਰ ਸੜ ਗਿਆ, ਕਿਸੇ ਦੇ ਮੋਬਾਈਲ ਸੜ ਗਿਆ, ਕਿਸੇ ਦੇ ਇਨਵਰਟਰ ਸੜ ਗਿਆ। ਹਾਂਜੀ ਹਾਂਜੀ ਹਾਂਜੀ, ਲੈਟ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਜੀ, ਸਾਨੂੰ ਪਤਾ ਇੱਕ ਮਹੀਨਾ ਹੋ ਗਿਆ, ਬਿਜਲੀ ਦਾ ਤਾਂ ਬੜੇ ਕਰਦੇ ਨੂੰ ਮਸ਼ੀਨਾਂ ਨਾਲ ਲੱਗੇ ਨੇ ਕਰਦੇ ਨੂੰ, ਸਾਡਾ ਟ੍ਰਾਂਸਫਾਰਮਰ ਵੱਡਾ ਪਾਸ ਕੀਤਾ ਸੀਗਾ ਤੇ ਸਾਨੂੰ ਕਿੰਨੇ ਗਿਆ ਲੈਟ ਨਹੀਂ ਦੇਣੀ? ਬਿਜਲੀ ਵਾਲੇ ਲੱਗੇ ਤੇ ਹੋਏ ਆ ਹੁਣ। ਮੈਂ ਸਤਿਗੁਰੂ ਨਾਲ ਗਲੀ ਨੰਬਰ 2 ਚ ਜੀ, ਦਿੱਕਤ ਇੱਦਾਂ ਆਈ ਬਾਈ, 1.5 ਮਹੀਨਾ ਹੋ ਗਿਆ ਜੀ, ਲੈਟ ਆਉਂਦੀ ਆ ਜਾਂਦੀ ਆ, ਆਉਂਦੀ ਆ ਜਾਂਦੀ ਆ, ਲੋਕਾਂ ਦੇ ਘਰਾਂ ਦਾ ਸਮਾਨ ਤੱਕ ਸੜ ਗਿਆ ਵਾ, ਕਿਸੇ ਦਾ ਟੀਵੀ ਸੜ ਗਿਆ, ਕਿਸੇ ਦੀ ਫਰਿੱਜਾਂ ਸੜ ਗਈਆਂ, ਮੋਬਾਈਲ ਸੜ ਗਏ। ਘੱਟੋ ਘੱਟ ਮੁਹੱਲੇ ਦੇ ਵਿੱਚ ਇੱਕ ਇੱਕ ਘਰ ਦਾ ਵੀ ਨਾ ਕਦੇ 30-30, 40-40, 50-50 ਹਜ਼ਾਰ ਰੁਪਏ ਦਾ ਵੀ ਨੁਕਸਾਨ, ਉਹ ਵੱਧ ਦਾ ਵੀ ਹੋ ਚੁੱਕਾ ਵਾ ਮੁਹੱਲੇ ਦੇ ਵਿੱਚ। ਘੱਟੋ ਘੱਟ ਮੇਰੀ ਗਲੀ ਦੇ ਵਿੱਚ 100 ਮਕੰਦ ਮੇਰੀ ਗਲੀ 'ਚ ਹੀ ਆ ਜੀ। ਹਾਂਜੀ ਹਾਂਜੀ ਜੀ, ਵਾਧੂ ਹੋ ਗਿਆ ਜੀ। ਹੁਣ ਉਹ ਤਾਂ ਇਹੀ ਸੁਝਾਅ ਦੇ ਕੇ ਗਏ ਆ ਜੀ, ਤੁਸੀਂ ਤਾਰਾਂ ਪੈ ਲੈਣ ਦਿਓ, ਬਸ ਟ੍ਰਾਂਸਫਾਰਮ ਦਾ ਕਨੈਕਸ਼ਨ ਨਾ ਹੋਣ ਦਿਓ, ਵੀ ਅਸੀਂ ਚਲੋ ਅਸੀਂ ਵੀ ਕਹਾਂਗੇ ਵੀ ਇਹਨੂੰ ਟ੍ਰਾਂਸਫਾਰਮ ਨੂੰ ਵੱਡਾ ਰੱਖ ਕੇ ਜਾਓ, ਅਸੀਂ ਉਹਨਾਂ ਦੀ ਜ਼ਬਾਨ ਦੇ ਤਾਂ ਫੁੱਲ ਚੜਾਉਂਦੇ ਹਾਂ ਵੀ ਠੀਕ ਹੈ ਕਨੈਕਸ਼ਨ ਨਾ ਕਰਵਾਇਓ, ਤੁਸੀਂ ਟ੍ਰਾਂਸਫਾਰਮ ਨੂੰ ਵੱਡਾ ਰੱਖਵਾਓ, ਪਰ ਇਹ ਕੰਮ ਹੁੰਦਾ ਨਜ਼ਰ ਵੀ ਨਹੀਂ ਆਉਣਾ। ਲੱਗ ਰਿਹਾ ਵੀ ਇਹ ਭਰੋਸਾ ਦੇ ਕੇ ਗਏ ਆ? ਭਰੋਸਾ ਹੀ ਆ ਜੀ, ਕਿਉਂਕਿ ਭਰੋਸੇ ਦੇ ਨਾਲ ਉਹਨਾਂ ਦਾ ਪਤਾ ਲੱਗਦਾ ਨਾ, ਉਹਨਾਂ ਨਾਲ ਇੱਕ ਲੇਡੀਜ਼ ਹੋਰ ਸੀ ਜਿਹੜੀ ਆਪਣੇ ਆਪ ਨੂੰ ਪ੍ਰਧਾਨ ਨਹੀਂ ਕਹਿੰਦੀ ਆ, ਉਹ ਪ੍ਰਧਾਨ ਨਹੀਂ, ਹੁਣ ਸਾਨੂੰ ਇਹ ਗੱਲ ਕਹਿ ਕੇ ਗਈ ਆ ਜਾਂਦੀ ਹੋਈ ਲੇਡੀਜ਼ਾਂ ਨੂੰ ਕਿ ਜੀਤੋ ਹੁੰਦਾ ਤੁਸੀਂ ਕਰਵਾ ਲਿਓ, ਜੇ ਤੁਹਾਡੇ ਕੋਲ ਲੈਟ ਆ ਗਈ ਤਾਂ ਮੈਨੂੰ ਫਿਰ ਕਹਿ ਦਿਓ। ਮੇਰਾ ਨਾਂ ਹਰਮੇਸ਼ ਕੌਰ ਆ। ਕੀ ਗੱਲਬਾਤ ਹੋ ਗਈ ਧਰਨਾ? ਗੱਲ ਇਹ ਅਸੀਂ ਧਰਨਾ ਬਿਜਲੀ ਵਾਲਿਆਂ ਦੇ ਕਰਕੇ ਲਾਇਆ ਵਾ, ਸਾਨੂੰ 1 ਮਹੀਨੇ ਤੋਂ ਲੈਟ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ, ਅਸੀਂ ਬਿਜਲੀ ਦਫ਼ਤਰ ਐਪਲੀਕੇਸ਼ਨਾਂ ਦਿੱਤੀਆਂ, ਸਾਨੂੰ ਕਹਿੰਦੇ ਟ੍ਰਾਂਸਫਾਰਮ ਅਸੀਂ ਵੱਡਾ ਰੱਖਾਂਗੇ ਵੀ ਤੁਹਾਨੂੰ 2 ਗਲੀਆਂ ਨੂੰ ਲੈਟ ਦਿੱਤੀ ਜਾਊਗੀ, ਇਹਨਾਂ ਨੇ ਅਸੀਂ 1 ਮਹੀਨੇ ਦਾ ਸੰਘਰਸ਼ ਤੋਂ ਬਾਅਦ ਛੋਟਾ ਟ੍ਰਾਂਸਫਾਰਮ ਰੱਖਿਆ, ਹੁਣ ਇਹ ਗੱਲ ਕਹਿ ਰਹੇ ਨੇ ਵੀ ਇਹ ਟ੍ਰਾਂਸਫਾਰਮ ਤਾਂ 1 ਗਲੀ ਨੂੰ ਲੈਟ ਦਿੱਤੀ ਜਾਊਗੀ 3 ਨੰਬਰ ਨੂੰ, ਵੀ ਅੱਗੇ 2 ਨੰਬਰ ਗਲੀ ਵੀ ਇਹ ਟ੍ਰਾਂਸਫਾਰਮ ਨਹੀਂ ਦੇਣਾ ਕਿਉਂਕਿ ਇਹ ਛੋਟਾ ਆ, ਹੁਣ ਕਹਿੰਦੇ ਵੀ ਅਸੀਂ ਇਹਨੂੰ ਹੌਲੀ ਕਰਾਂਗੇ ਅਤੇ ਬਾਅਦ ਵਿੱਚ ਤੁਹਾਨੂੰ ਫਿਰ ਚੇਂਜ ਕਰਾਂਗੇ, ਜਦੋਂ ਇੱਕ ਵਾਰੀ ਰੱਖਿਆ ਜਾਂਦਾ ਫਿਰ ਮੁੜ ਕੇ ਕੋਈ ਚੇਂਜ ਨਹੀਂ ਕਰਦਾ। ਗੱਲ ਕਰੀਏ ਸਰਕਾਰ ਤਾਂ ਕਹਿ ਰਹੀ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ, ਲੋਕੀ ਖੁਸ਼ ਬਹੁਤ ਨੇ, ਨਹੀਂ ਅਸੀਂ ਧਰਨਾ ਬੈਠੇ ਜਿਹੜੀ ਸਾਨੂੰ ਜੇ ਦਿੱਕਤ ਆ, ਲੈਟ ਆਉਂਦੀਆਂ ਹੀ ਨਹੀਂ, ਲੈਟ ਆਉਂਦੀਆਂ ਹੀ ਨਹੀਂ, ਸਾਡੀਆਂ ਚੀਜ਼ਾਂ ਸੜ ਗਈਆਂ, ਕਿਸੇ ਦਾ ਕੁਛ ਸੜ ਗਿਆ, ਕਿਸੇ ਦਾ ਕੁਛ ਸੜ ਗਿਆ, ਝੂਠਾ ਕਰ ਰਹੀ ਆ, ਮਨਪ੍ਰੀਤ ਮੈਟਰ ਲਾਈਟ ਦੇ ਰਹੇ ਹਾਂ, 200 ਦਾ ਟ੍ਰਾਂਸਫਾਰਮਰ ਸੀਗਾ, ਓਵਰਲੋਡ ਸੀਗਾ, 100 ਦਾ ਨਵਾਂ ਰੱਖਿਆ, ਇਹਨਾਂ ਦੇ ਮਸਲਾ ਹੱਲ ਕਰਿਆ, ਅਸੀਂ ਹੋਰ ਕੀ ਕਰੇ, 200 ਦਾ ਮਿਲਦਾ ਨਹੀਂ ਹੈਗਾ, 100 ਦਾ ਰੱਖਿਆ, ਇਹ ਤੋਂ ਬਾਅਦ ਇਹਨੂੰ ਕਰ ਦਾਂਗੇ ਪੂਰਾ, ਹੋ ਜਾਣਾ ਹੋ ਜਾਣਾ, ਗਲੀ ਨਾਲ ਹੋ ਜਾਣਾ ਹੱਲ, ਪਹਿਲਾਂ 200 ਦਾ ਚੱਲਦਾ ਹੈਗਾ, 200 ਤੇ ਚੱਲਦਾ, 100 ਹੋ ਜਾਣਾ, ਅੱਧ ਵੱਧ ਹੋ ਜਾਣਾ, ਨਹੀਂ ਇਹ ਕਿਸੇ ਨੇ ਨਹੀਂ ਕਿਹਾ, ਬਿਲਕੁਲ ਨਹੀਂ ਕਿਹਾ, ਕਿਸੇ ਨੇ ਨਹੀਂ ਕਿਹਾ, ਲਾਈਟ ਬਾਰੇ ਕਿਸੇ ਨੇ ਕਿਹਾ, ਇਹਨਾਂ ਦਾ ਹੀ ਮਸਲਾ ਹੱਲ ਕਰਿਆ ਅਸੀਂ, ਇਹਨਾਂ ਨੂੰ ਇਹ ਲਾਈਟ ਦੇਣੀ, ਅਸੀਂ ਕਿਹੜਾ ਹੋਰ ਕਿਤੇ ਲੱਗ ਜਾਣਾ, ਹੈਗੇ ਆ ਆ ਜਾਣਾ ਅਸੀਂ ਚਲਾ ਕੇ ਜਾ ਕਰ, ਲੱਗਦਾ ਵੀ ਜਦੋਂ ਧਰਨਾ ਲਾਇਆ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ? ਨਹੀਂ ਨਹੀਂ ਸਾਡਾ ਕੰਮ ਤਾਂ ਪਹਿਲਾਂ ਦਾ ਹੀ ਚੱਲਦਾ, ਸਾਡਾ ਕੰਮ ਤਾਂ ਪਹਿਲਾਂ ਦਾ ਹੀ ਚੱਲਦਾ, ਇਹ ਤਾਂ ਅੱਜ ਰੋਕ ਰਹੇ ਨੇ ਵੀ ਅਸੀਂ ਟਾਂਪ ਨਹੀਂ ਚਾਲੂ ਕਰਨ ਲੱਗੇ। ਮਨਪ੍ਰੀਤ ਸਿੰਘ ਕੀ ਉਹਦਾ ਤੁਹਾਡਾ ਐਡੀਸ਼ਨਲ ਐਸ ਡੀ ਓ ਬਿਜਲੀ? ਹਾਂਜੀ ਭਾਅ ਜੀ, ਇੱਕ ਤੁਹਾਡੇ ਲੋਕਾਂ ਨੇ ਸਾਡੇ ਕੋਲ ਬਤਾਈ ਹੈ, ਉਹ ਟ੍ਰਾਂਸਫਾਰਮ ਦਾ ਵੀ ਮਸਲਾ ਹੈ ਕਿ ਮਹਿੰਗੀ ਹੈ ਪੂਰਾ ਜੀ।
ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਜਗਦੇਵ ਸਿੰਘ ਭੁੱਲਾ, ਪ੍ਰਧਾਨ ਪੀ ਸੀ ਵਿੰਗ ਸਰਤਾ ਦੱਖਣੀ। ਇਹ ਸਾਡੇ ਖਿਲਾਫ ਨਹੀਂ ਲਾਏ, ਇੱਕ ਲੋਕਾਂ ਦੀ ਕੋਈ ਜ਼ਰੂਰਤ ਸੀਗੀ ਅਤੇ ਉਹਨਾਂ ਨੇ ਉਸ ਚੀਜ਼ ਦੀ ਮੰਗ ਕੀਤੀ। ਲੋਕਾਂ ਨੂੰ ਕਈ ਵਾਰੀ ਇਸ ਚੀਜ਼ ਦੇ ਗੁੰਮਰਾਹ ਹੋ ਜਾਂਦੇ ਨੇ ਕਿ ਸਾਡੇ ਨਾਲ ਨਜਾਇਜ਼ ਹੋ ਰਹੀ ਜਾਂ ਕੁਛ ਆ। ਜੇ ਉਹਨਾਂ ਨੇ ਆਪਣੇ ਹੱਕ ਲਈ, ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਜਾ ਕੇ ਮੌਕੇ 'ਤੇ ਸੰਤੁਸ਼ਟੀ ਕਰਵਾਈ ਆ। MLA ਸਾਹਿਬ ਦੇ ਹਸਬੈਂਡ ਜੀ ਹਰਪ੍ਰੀਤ ਭਾਅ ਜੀ ਦੇ, ਉਹ ਵੀ ਨਾਲ ਗਏ ਸੀ, ਉਹਨਾਂ ਨੇ ਸੰਤੁਸ਼ਟੀ ਕਰਵਾਈ ਆ। ਤੁਸੀਂ ਜਿਵੇਂ ਕਹਿ ਰਹੇ ਹੋ ਉਵੇਂ ਹੀ ਹੋਏਗਾ। ਤੁਸੀਂ ਸਾਡੇ ਕੋਲ ਆਏ ਸੀ ਕਿ ਸਾਡੇ ਲਾਈਟ ਘੱਟ ਆਉਂਦੀ ਹੈ, ਟਰਾਂਸਫਾਰਮਰ ਖਾਤਾ, ਜੇ ਤੁਸੀਂ ਕਹਿੰਦੇ ਟਰਾਂਸਫਾਰਮਰ ਛੋਟਾ ਵਾ ਜਾਂ ਕੋਈ ਦਿੱਕਤ ਆ ਤਾਂ ਤੁਹਾਡੇ ਨਾਲ ਹਾਂ, ਤੁਸੀਂ ਸਾਡੇ ਪਰਿਵਾਰ ਹੋ, ਅਸੀਂ ਤੁਹਾਡੇ ਲਈ ਹਮੇਸ਼ਾ ਖੜ੍ਹੇ ਹਾਂ, ਅਸੀਂ ਤੁਹਾਡੇ ਕੋਲ ਦੁਬਾਰਾ ਵੀ ਆਉਣਾ ਵਾ ਅਤੇ ਤੁਹਾਡੇ ਲਈ ਖੜ੍ਹੇ, ਤੁਹਾਡੀ ਹਰ ਜ਼ਰੂਰਤ ਪੂਰੀ ਹੋਈ। ਨਹੀਂ ਨਹੀਂ, ਇਹ ਮਿਸ ਅੰਡਰਸਟੈਂਡਿੰਗ ਹੋ ਗਈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਜਿਹੜੇ ਸਤਿਗੁਰੂ ਨਗਰ ਦੇ 2 ਜਾਂ 3 ਨੰਬਰ ਗਲੀ ਆ ਉਹਦੇ 'ਚ ਅਸੀਂ ਪੁੱਛਿਆ ਕਿ ਉਹ ਕਿੰਨੇ ਕਿਹਾ ਇਸ ਗੱਲ ਨੂੰ, ਕਹਿੰਦੇ ਨਹੀਂ ਕਿ ਕੋਈ ਵੀ ਬੰਦਾ ਸਾਹਮਣੇ ਨਹੀਂ ਆਇਆ ਕਿ ਅਸੀਂ ਲਾਈਟ ਨਹੀਂ ਦੇਣੀ। ਇੱਕ ਦੂਜੀ ਗਲੀ ਨੂੰ ਆਪਸ 'ਚ ਭਾਈਚਾਰਾ ਵਾ, ਹਰ ਕਿਸੇ ਦਾ ਪਿਆਰ ਆ, ਇੱਕ ਦੂਜੇ ਲਈ ਖੜ੍ਹਦੇ ਹਾਂ। ਮੈਂ ਵੀ ਹਾਜ਼ਰ ਹਾਂ, ਮੇਰੇ ਦਫ਼ਤਰ ਆਏ ਸਨ ਕਿ ਇੱਦਾਂ ਲਾਈਟ ਘੱਟ ਆਉਂਦੀ ਆ। ਅਸੀਂ MLA ਸਾਹਿਬ ਨੂੰ ਬੇਨਤੀ ਕੀਤੀ, ਉਹਦੇ 'ਚ ਇਹਨਾਂ ਕੋਲ ਲਿਖਤੀ ਵੀ ਲਿਆ ਕਿ ਤੁਹਾਨੂੰ ਕੀ ਮੰਗ ਆ, ਅਤੇ ਇਹਨਾਂ ਟਰਾਂਸਫਾਰਮ ਦਾ ਕਿਹਾ ਸੀ, ਉਹ ਅਸੀਂ ਟਰਾਂਸਫਾਰਮ 3 ਨੰਬਰ ਗਲੀ ਦੇ ਬਾਹਰ ਰਖਾਤਾ, ਜੋ ਇਹਨਾਂ ਦੀ ਰਜ਼ਾਮੰਦੀ ਸੀ, ਕਿਉਂਕਿ ਜਗ੍ਹਾ ਵੀ ਇਹਨਾਂ ਨੇ ਦਿੱਤੀ ਸੀ ਰਖਾਉਣ ਵਾਸਤੇ। ਅਤੇ ਅੱਜ ਇਹਨਾਂ ਦੀ ਹੋਰ ਮੰਗ ਆ, ਕੋਈ ਗੱਲ ਨਹੀਂ, ਖੜ੍ਹੇ ਹਾਂ, ਜਾਇਜ਼ ਮੰਗਾਂ ਦੇ ਨਾਲ ਹਾਂ ਅਸੀਂ ਅਤੇ ਪਬਲਿਕ ਦੇ ਨਾਲ ਹਾਂ ਅਸੀਂ। ਕੁਛ ਸ਼ਰਾਰਤੀ ਅੰਸਰ ਹੁੰਦੇ ਨੇ, ਕਿਉਂਕਿ 100 ਵਾਰਡ 200 ਵਾਰਡ ਇਹ ਪਬਲਿਕ ਨੂੰ ਟਰਾਂਸਫਾਰਮ ਦਾ ਨਹੀਂ ਪਤਾ, ਕਿਉਂਕਿ ਇਹ ਬਿਜਲੀ ਮਹਿਕਮੇ ਨੇ ਦੇਖਣਾ ਕਿ ਇੱਕ ਗਲੀਆਂ ਨੂੰ ਜਾਂ 2 ਗਲੀ ਨੂੰ ਕਿੰਨੇ ਹੀ ਲਾਈਟ ਚਾਹੀਦੀ ਆ, ਉਹਨਾਂ ਨੇ ਸੰਤੁਸ਼ਟੀ ਕਰਾਉਣੀ। ਅਸੀਂ ਇੱਕ MLA ਸਾਹਿਬ ਨੇ ਉਹਨਾਂ ਨੂੰ ਹਦਾਇਤ ਕਰਤੀ ਕਿ ਲੋਕ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਅਤੇ ਨਾ ਕੋਈ ਧਰਨਾ ਲੱਭਣਾ ਚਾਹੀਦਾ, ਨਾ ਮੇਰੇ ਕੋਲ ਦੁਬਾਰਾ ਆਉਣ, ਜੇ ਕੋਈ ਉੱਦਾਂ ਚਾਹੇ ਕੰਮ ਆਪਣੇ ਆਉਣ, ਪਰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। MLA ਸਾਹਿਬ ਨਾਲ ਅਸੀਂ ਵੀ ਨਾਲ ਪਬਲਿਕ 'ਤੇ ਕੋਈ ਐਸੀ ਗੱਲ ਨਹੀਂ।